ਰਹਿਸਤਾ ਤਾਂ ਪੂਰੀ ਹੈ ਜੀ, ਪੂਰੀ ਰਹਿਸਤਾ ਹੀ ਮੱਲਾ ਸਾਰਾ ਖਤਰੇ ਜਾ ਦੇਖੋ, ਕੋਈ ਬੱਚਾ ਨਹੀਂ ਬਾਹਰ ਹੈਗਾ, ਸਭ ਉੱਤੇ ਡਰਦੇ ਮਾਰੇ ਉੱਪਰ ਕੋਈ ਘਰਾਂ ਦੇ ਅੰਦਰ ਆ। ਲੁਧਿਆਣਾ ਦੇ ਸੈਂਟਰਾ ਗ੍ਰੀਨ ਇਲਾਕੇ ਦੇ ਵਿੱਚ ਤੇਂਦੂਆ ਦੇਖਿਆ ਗਿਆ। ਇਹ ਖਬਰ ਫੈਲਦਿਆਂ ਹੀ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਖੁਦ ਦੀ ਰਖਵਾਲੀ ਦੇ ਲਈ ਲੋਕ ਡਾਂਗਾ ਲੈ ਕੇ ਘਰਾਂ ਦੇ ਬਾਹਰ ਆ ਚੁੱਕੇ ਨੇ, ਆਪਣੀ ਰੱਖਿਆ ਇੱਥੋਂ ਦੇ ਲੋਕ ਖੁਦ ਕਰਦੇ ਨਜ਼ਰ ਆ ਰਹੇ ਨੇ। ਦੱਸਦੇ ਕਿ ਸੈਂਟਰਾ ਗ੍ਰੀਨ ਦੀ ਬੇਸਮੈਂਟ ਖਾਲੀ ਕਰਵਾਈ ਗਈ ਹੈ, ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਖਬਰ ਫੈਲਣ ਮਗਰੋਂ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਅਤੇ ਜੰਗਲਾਤ ਮਹਿਕਮੇ ਦੀਆਂ ਟੀਮਾਂ ਪਹੁੰਚ ਗਈਆਂ ਨੇ। ਤੇਂਦੂਆਂ ਨੂੰ ਫੜਨ ਦੇ ਲਈ ਜੰਗਲੀ ਜੀਵ ਵਿਭਾਗ ਦੇ ਵੱਲੋਂ ਪਿੰਜਰਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ। ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਨਾਲ ਹੀ ਇੱਕ ਹਾਈ ਪ੍ਰੋਫਾਈਲ ਕਲੋਨੀ ਲੱਗਦੀ ਹੈ। ਪੁਲਿਸ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ ਆਈ ਸੀ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ, ਪਰ ਲੋਕਾਂ ਦੇ ਵਿੱਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਹੈ, ਜਿਸ ਕਾਰਨ ਉਹ ਡੰਡਿਆਂ ਦੇ ਨਾਲ ਖੁਦ ਹੀ ਠਿਕਰੀ ਪਹਿਰਾ ਲਗਾ ਕੇ ਬੈਠੇ ਹੋਏ ਨੇ। ਰਸਤਾ ਤਾਂ ਪੂਰੀ ਹੈ ਜੀ, ਪੂਰੀ ਰਸਤਾ ਹੀ ਮੱਲਾ ਸਾਰਾ ਖਤਰੇ ਜਾ ਦੇਖੋ, ਕੋਈ ਬੱਚਾ ਨਹੀਂ ਬਾਹਰ ਹੈਗਾ, ਸਭ ਉੱਤੇ ਡਰਦੇ ਮਾਰੇ ਉੱਪਰ ਕੋਈ ਘਰਾਂ ਦੇ ਅੰਦਰ ਆ, ਬਿਲਕੁਲ ਖਤਰਾ ਹੈਗਾ। ਤੁਸੀਂ ਆਪ ਵੀ ਡਾਂਗ ਲੈ ਘੁੰਮ ਰਹੇ ਹੋ? ਹਾਂਜੀ ਹਾਂ ਬਿਲਕੁਲ, ਸਾਡੇ ਮੱਝਾਂ ਨੂੰ ਵੀ ਡੰਗਰਾਂ ਨੂੰ ਵੀ ਡਰ ਹੈਗਾ ਜੀ। ਆਏ ਸੀ ਪ੍ਰਸ਼ਾਸਨ ਟੀਮ ਆਈਆਂ ਸੀ, ਪੁਲਿਸ ਆਈ ਸੀ? ਹਾਂਜੀ ਹਾਂਜੀ, ਪੰਜਾਬ ਪੁਲਿਸ ਆਈ ਸੀ, ਉਹ ਅਨਾਉਂਸਮੈਂਟ ਕਰ ਗਈ ਸੀ, ਉਹਨਾਂ ਨੇ ਕਿਹਾ ਵੀ ਆਪਣਾ ਬਚਾ ਰੱਖੋ, ਬਚਾ ਕੇ ਰਹੋ, ਜਦੋਂ ਵੀ ਕੋਈ ਇਹੋ ਜਿਹੀ ਗੱਲਬਾਤ ਹੋਵੇ ਤੇ ਖਬਰ ਕਰੋ ਜੀ। ਅਸੀਂ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਲੇਕਿਨ ਤੁਹਾਡਾ ਬਿਲਕੁਲ ਘਰ ਪਿੱਛੇ ਲੱਗਦਾ ਹੈਗਾ ਤੁਹਾਨੂੰ? ਹਾਂਜੀ ਹਾਂਜੀ, ਸੈਂਟਰਾ ਗਨੀਨ ਦੇ ਪਿੱਛੇ ਲੱਗਦਾ, ਬਾਜੀਗਰ ਕਲੋਨੀ ਹੈ ਜੀ ਭਾਈ ਵਾਲਾ ਲੱਗਦਾ। ਫਿਰ ਖਾਲ ਵੀ ਰਾਤ ਨੂੰ ਫਿਰ ਚਿੰਤਾ ਜ਼ਿਆਦਾ ਵਧੇਗੀ, ਰਾਤ ਨੂੰ ਬਾਹਰ ਨਿਕਲਦਾ। हाँ जी, चिंता तो हैगी है, चिंता क्यों नहीं, कोई पता थोड़ी है, जानवर किधरू पौड़ी रहा भी आके बैठ सकता, घर के अंदरों कोठे तो भी आ सकता है, जानवर का की पता कड़ी पौड़ी तो चढ़ के दूजे के मकान से जाके खड़े जाए। बच्चों भी कहते घरों बाहर निकलते? हाँ जी हाँ, बच्चों पूरा खतरा जी। कारण की है कि देखो हम जानवर है, कोई किसी पता नहीं किस वे किधर आ जाए, तो अपनी अपनी सेफ्टी भी जरूरी हैगी है, क्योंकि सबन अपने जान माल की रक्षा करनी पैंती है, जरूरी भी हैगी, नाम भी चको, अपनी सेफ्टी रखो। और की ਲੁਧਿਆਣਾ ਦੇ ਸੈਂਟਰਾ ਗ੍ਰੀਨ ਇਲਾਕੇ ਦੇ ਵਿੱਚ ਤੇਂਦੂਆ ਦੇਖਿਆ ਗਿਆ। ਇਹ ਖਬਰ ਫੈਲਦਿਆਂ ਹੀ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਖੁਦ ਦੀ ਰਖਵਾਲੀ ਦੇ ਲਈ ਲੋਕ ਡਾਂਗਾਂ ਲੈ ਕੇ ਘਰਾਂ ਦੇ ਬਾਹਰ ਆ ਚੁੱਕੇ ਨੇ, ਆਪਣੀ ਰੱਖਿਆ ਇੱਥੋਂ ਦੇ ਲੋਕ ਖੁਦ ਕਰਦੇ ਨਜ਼ਰ ਆ ਰਹੇ ਨੇ। ਦੱਸਦੇ ਕਿ ਸੈਂਟਰਾ ਗ੍ਰੀਨ ਦੀ ਬੇਸਮੈਂਟ ਖਾਲੀ ਕਰਵਾਈ ਗਈ ਹੈ, ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਖਬਰ ਫੈਲਣ ਮਗਰੋਂ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਅਤੇ ਜੰਗਲਾਤ ਮਹਿਕਮੇ ਦੀਆਂ ਟੀਮਾਂ ਪਹੁੰਚ ਗਈਆਂ ਨੇ। ਤੇਂਦੂਆਂ ਨੂੰ ਫੜਨ ਦੇ ਲਈ ਜੰਗਲੀ ਜੀਵ ਵਿਭਾਗ ਦੇ ਵੱਲੋਂ ਪਿੰਜਰਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ। ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਨਾਲ ਹੀ ਇੱਕ ਹਾਈ ਪ੍ਰੋਫਾਈਲ ਕਲੋਨੀ ਲੱਗਦੀ ਹੈ। ਪੁਲਿਸ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ ਆਈ ਸੀ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ, ਪਰ ਲੋਕਾਂ ਦੇ ਵਿੱਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਹੈ, ਜਿਸ ਕਾਰਨ ਉਹ ਡੰਡਿਆਂ ਦੇ ਨਾਲ ਖੁਦ ਹੀ ਠਿਕਰੀ ਪਹਿਰਾ ਲਗਾ ਕੇ ਬੈਠੇ ਹੋਏ ਨੇ। ਰਸਤਾ ਤਾਂ ਪੂਰੀ ਹੈ ਜੀ, ਪੂਰੀ ਰਸਤਾ ਹੀ ਮੱਲਾ ਸਾਰਾ ਖਤਰੇ ਜਾ ਦੇਖੋ, ਕੋਈ ਬੱਚਾ ਨਹੀਂ ਬਾਹਰ ਹੈਗਾ, ਸਭ ਉੱਤੇ ਡਰਦੇ ਮਾਰੇ ਉੱਪਰ ਕੋਈ ਘਰਾਂ ਦੇ ਅੰਦਰ ਆ, ਬਿਲਕੁਲ ਖਤਰਾ ਹੈਗਾ। ਤੁਸੀਂ ਆਪ ਵੀ ਡਾਂਗ ਲੈ ਘੁੰਮ ਰਹੇ ਹੋ? ਹਾਂਜੀ ਹਾਂ ਬਿਲਕੁਲ, ਸਾਡੇ ਮੱਝਾਂ ਨੂੰ ਵੀ ਡੰਗਰਾਂ ਨੂੰ ਵੀ ਡਰ ਹੈਗਾ ਜੀ। ਆਏ ਸੀ ਪ੍ਰਸ਼ਾਸਨ ਟੀਮ ਆਈਆਂ ਸੀ, ਪੁਲਿਸ ਆਈ ਸੀ? ਹਾਂਜੀ ਹਾਂਜੀ, ਪੰਜਾਬ ਪੁਲਿਸ ਆਈ ਸੀ, ਉਹ ਅਨਾਉਂਸਮੈਂਟ ਕਰ ਗਈ ਸੀ, ਉਹਨਾਂ ਨੇ ਕਿਹਾ ਵੀ ਆਪਣਾ ਬਚਾ ਰੱਖੋ, ਬਚਾ ਕੇ ਰਹੋ, ਜਦੋਂ ਵੀ ਕੋਈ ਇਹੋ ਜਿਹੀ ਗੱਲਬਾਤ ਹੋਵੇ ਤੇ ਖਬਰ ਕਰੋ ਜੀ। ਅਸੀਂ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਲੇਕਿਨ ਤੁਹਾਡਾ ਬਿਲਕੁਲ ਘਰ ਪਿੱਛੇ ਲੱਗਦਾ ਹੈਗਾ ਤੁਹਾਨੂੰ? ਹਾਂਜੀ ਹਾਂਜੀ, ਸੈਂਟਰਾ ਗਨੀਨ ਦੇ ਪਿੱਛੇ ਲੱਗਦਾ, ਬਾਜੀਗਰ ਕਲੋਨੀ ਹੈ ਜੀ ਭਾਈ ਵਾਲਾ ਲੱਗਦਾ। ਫਿਰ ਖਾਲ ਵੀ ਰਾਤ ਨੂੰ ਫਿਰ ਚਿੰਤਾ ਜ਼ਿਆਦਾ ਵਧੇਗੀ, ਰਾਤ ਨੂੰ ਬਾਹਰ ਨਿਕਲਦਾ। ਹਾਂ ਜੀ, ਚਿੰਤਾ ਤਾਂ ਹੈਗੀ ਹੈ, ਚਿੰਤਾ ਕਿਉਂ ਨਹੀਂ, ਕੋਈ ਪਤਾ ਥੋੜ੍ਹੀ ਹੈ, ਜਾਨਵਰ ਕਿੱਧਰੋਂ ਪੌੜੀ ਰਾਹ ਵੀ ਆ ਕੇ ਬੈਠ ਸਕਦਾ, ਘਰ ਦੇ ਅੰਦਰੋਂ ਕੋਠੇ ਤੋਂ ਵੀ ਆ ਸਕਦਾ, ਜਾਨਵਰ ਦਾ ਕੀ ਪਤਾ ਕਿਹੜੀ ਪੌੜੀ ਤੋਂ ਚੜ੍ਹ ਕੇ ਦੂਜੇ ਦੇ ਮਕਾਨ ਤੇ ਜਾ ਕੇ ਖੜ੍ਹ ਜਾਵੇ ਜੀ। ਤੇ ਬੱਚਿਆਂ ਨੂੰ ਵੀ ਕਹਿੰਦੇ ਘਰੋਂ ਬਾਹਰ ਨਿਕਲਦੇ ਹੋ? ਹਾਂਜੀ ਹਾਂ, ਬੱਚਿਆਂ ਨੂੰ ਪੂਰਾ ਖਤਰਾ ਜੀ। ਕਾਰਨ ਕੀ ਹੈ ਕਿ ਦੇਖੋ ਹੁਣ ਜਾਨਵਰ ਹੈਗਾ, ਕੋਈ ਕਿਸੇ ਨੂੰ ਪਤਾ ਨਹੀਂ ਕਿਸ ਵੇਲੇ ਕਿੱਧਰ ਨੂੰ ਆ ਜਾਵੇ, ਤੇ ਆਪਣੀ ਆਪਣੀ ਸੇਫਟੀ ਵੀ ਜ਼ਰੂਰੀ ਹੈਗੀ ਆ, ਕਿਉਂਕਿ ਸਭ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਕਰਨੀ ਪੈਂਦੀ ਹੈ, ਜ਼ਰੂਰੀ ਵੀ ਹੈਗੀ, ਨਾਮ ਵੀ ਚੱਕੋ, ਆਪਣੀ ਸੇਫਟੀ ਰੱਖੋ। ਹੋਰ ਕੀ ਹੈ, ਕਿਹਾ ਵੀ ਗਿਆ ਸੀ ਕਿ ਬੱਚਿਆਂ ਨੂੰ ਸੰਭਾਲ ਕੇ ਰੱਖੋ? ਅਸੀਂ ਆਪਣੇ ਬੱਚੇ ਵੀ ਕਿਤੇ ਬਾਹਰ ਨਹੀਂ ਆਉਣ ਜਾ ਰਹੇ, ਘਰੇ ਹੈਗੇ ਨੇ ਸਾਰੇ ਸਾਰੇ, ਨਾਲ ਆਪ ਜਲਦੀ ਜਾ ਰਹੇ ਨੇ, ਕਿਉਂਕਿ ਰਾਸਤੇ ਵਰਾਤੇ ਰਾਤ ਵੇਲੇ ਆ ਗਏ ਹੋਏ, ਫਿਰ
ਕੱਲਾ ਬੰਦਾ ਕੀ ਕਰੂਗਾ ਫਿਰ ਉੱਥੇ।